ਸੋ ਤੁਸੀਂ ਰਿਕਾਲ ਜੀ ਸਾਰਿਆਂ ਨੂੰ ਜਨਰਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਦੀ ਇਸ ਵੀਡੀਓ ਵਿੱਚ ਮੌਸਮ ਦੀ ਗੱਲ ਕਰਾਂਗੇ 26 ਤੋਂ 30 ਅਪ੍ਰੈਲ ਕਿ ਇਹਨਾਂ ਅੰਤਿਮ 5 ਦਿਨਾਂ ਦੇ ਵਿੱਚ ਅਪ੍ਰੈਲ ਦੇ ਮਹੀਨੇ ਕੀ ਮੌਸਮ ਦੀ ਹਲਚਲ ਹੋਣ ਦੇ आसार ਨੇ ਸੋ ਜਿਵੇਂ ਕਿ ਆਪਾਂ ਕੱਲ ਦੇਖਿਆ ਕਿ 25 ਅਪ੍ਰੈਲ ਰਾਤ ਦੇ ਸਮੇਂ ਦੱਸੇ ਮੁਤਾਬਕ ਪੰਜਾਬ ਦੇ ਦੱਖਣੀ ਇਲਾਕਿਆਂ ਦੇ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਤੇ ਮੀਂਹ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ ਤੇ ਉਸ ਤੋਂ ਬਾਅਦ ਹੁਣ ਗੱਲ ਕਰਦੇ ਆਪਾਂ ਅੱਜ ਦੇ ਇਸ ਵੀਡੀਓ ਦੇ ਮੌਸਮ ਦੀ ਅੱਜ ਪਹਿਲਾ 26 ਅਪ੍ਰੈਲ ਦੀ ਗੱਲ ਕਰ ਤਾਂ ਮੌਸਮ ਪੰਜਾਬ ਦਾ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਰਹੇਗਾ ਸਵੇਰ ਦੇ ਸਮੇਂ ਤੋਂ ਉੱਤਰ-ਪੱਛਮ ਹਵਾਵਾਂ ਹਲਕੇ ਤੋਂ ਲੈ ਕੇ ਦਰਮਿਆਨੀ ਰਫ਼ਤਾਰ ਤੇ ਭਾਵ ਕਿ 10 ਤੋਂ ਲੈ ਕੇ 5010 ਕਿਲੋਮੀਟਰ ਤੋਂ ਲੈ ਕੇ 15-20 ਕਿਲੋਮੀਟਰ ਦੀ ਰਫ਼ਤਾਰ ਤੇ ਚੱਲਣਗੀਆਂ ਤੇ ਇਸ ਵੇਲੇ ਜਿਹੜਾ ਦਿਨ ਦਾ ਤਾਪਮਾਨ ਹੋਵੇਗਾ ਇਹਨਾਂ ਚਾਰ ਦਿਨਾਂ ਦੇ ਵਿੱਚ ਪੰਜ ਦੇ ਤਾਂ ਉਹ ਲਗਭਗ ਆਪਾਂ ਨੂੰ 38 ਤੋਂ ਲੈ ਕੇ 40 ਅਗਦੇ ਇਸ ਅੰਤਮ ਦਿਨਾਂ ਦੇ ਵਿੱਚ ਲਗਭਗ 29 30 April ਦੇ ਆਸ-ਪਾਸ ਹੈ 40 ਤੋਂ ਪਲੱਸ ਵੀ ਆਪਾਂ ਉਹ ਦੇਖਣ ਨੂੰ ਮਿਲ ਸਕਦਾ ਹੈ ਭਾਵ ਕਿ 41 ਡਿਗਰੀ ਜਾਂ 42 ਦੇ ਆਸ-ਪਾਸ ਤਾਪਮਾਨ ਦੇ ਹੰਦਾ ਪਹੁੰਚ ਸਕਦਾ ਹੈ ਸੋ ਕਹਿਣ ਦਾ ਪਾਵ ਹੈ ਕਿ ਗਰਮੀ ਦਾ ਜਿਹੜਾ ਇੱਕ ਵਾਰ ਫਿਰ ਥੋੜਾ ਜਿਹਾ ਜ਼ੋਰ ਦਿਖਾਵੇਗੀ ਤੇ ਰਾਤ ਦੇ ਘੱਟੋ-ਘੱਟ ਤਾਪਮਾਨ ਵੀ ਆਪਾਂ ਨੂੰ 25 ਤੋਂ ਲੈ ਕੇ 28 29 ਡਿਗਰੀ ਦੇ ਆਸ-ਪਾਸ ਦਰਜ ਕੀਤੇ ਜਾਣਗੇ ਤੇ ਹਵਾਵਾਂ ਦੀ ਗਤੀ ਕਰਤਾ ਹਵਾਵਾਂ ਜਿਵੇਂ ਕਿ ਦੱਸਿਆ ਕਿ ਅੱਜ 26 ਅਪ੍ਰੈਲ ਨੂੰ ਹਲਕੀਆਂ ਮੱਧਮ ਰਹਿਣਗੀਆਂ ਤੇ ਉਸ ਤੋਂ ਬਾਅਦ 27 ਤਰੀਕ ਨੂੰ ਹਵਾਵਾਂ ਦੀ ਗਤੀ ਦੇ ਵਿੱਚ ਥੋੜਾ ਜਿਆ ਵਾਧਾ ਹੋਵੇਗਾ 30 ਕਿਲੋਮੀਟਰ ਪ੍ਰਤੀ ਘੰਟਾ ਤੱਕ ਹਵਾਵਾਂ ਚੱਲ ਸਕਦੀਆਂ ਨੇ ਤੇ ਇਸੇ ਤਰ੍ਹਾਂ ਲਗਾਤਾਰ ਉੱਤਰ ਪੱਛਮੀ ਹਵਾਵਾਂ 30 ਅਪ੍ਰੈਲ ਤੱਕ ਆਪਾਂ ਨੂੰ ਚਲਦੀਆਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਬੱਦਲਬਾਈ ਦੇ ਸਾਲ ਜਿਹੜੇ ਲਗਭਗ ਨਾ ਮਾਤਰ ਹੋਣਗੇ ਕੋਈ ਜ਼ਿਆਦਾਤਰ ਮੌਸਮ ਜੇ라 ਕੋਈ ਵੱਡਾ ਪ੍ਰਭਾਵ ਬੱਦਲਬਾਈ ਰੂਪ ਵਿੱਚ ਨਹੀਂ ਰਹੇਗਾ ਮੌਸਮ ਸਾਫ਼ ਅਤੇ ਖੁਸ਼ਕ ਰਹੂਗਾ ਪਰ 29 ਅਪ੍ਰੈਲ ਜਾਂ 30 ਅਪ੍ਰੈਲ ਨੂੰ ਕੁਝ ਹਲਕੀ ਟੁੱਟਵੀਂ ਬੱਦਲਬਾਈ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਚੱਲ ਦੇ ਮੌਸਮ ਦੇ ਵਿੱਚ ਥੋੜਾ ਬਹੁਤ ਬਦਲਾ ਆ ਸਕਦਾ ਹੈ ਪਰ ਕੋਈ ਆਪਾਂ ਇਹ ਨਹੀਂ ਕਹਿੰਦੇ ਕਿ ਕੋਈ ਬਹੁਤ ਜ਼ਿਆਦਾ ਭਾਰੀ ਮੀਂਹ ਜਾਂ ਬੱਦਲਬਾਈ ਦਾ ਮਾਹੌਲ ਜਿਹਾ ਨਹੀਂ ਹੋਵੇਗਾ ਪਰ ਹਲਕੀ ਫੁਲਕੀ ਬੱਦਲਬਾਈ 29 30 ਅਪ੍ਰੈਲ ਦੇ ਆਸ-ਪਾਸ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਤੇ ਉਸ ਦੇ ਪ੍ਰਭਾਵ ਦੇ ਰੂਪ ਵਿੱਚ ਕੁਝ ਉੱਤਰੀ ਇਲਾਕਿਆਂ ਵਿੱਚ ਹਲਚਲ ਹੋ ਸਕਦੀ ਹੈ ਜਿਸ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਬਾਕੀ ਅਗਲੀ ਅਪਡੇਟ ਵਿੱਚ ਉਹਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜਿਵੇਂ ਵੀ ਅਪਡੇਟ ਆਉਂਦੀ ਰਹੇਗੀ ਕਿਉਂਕਿ ਇਹ ਪ੍ਰੀ ਮੌਨਸੂਨ ਸੀਜ਼ਨ ਦਾ ਸਮਾਂ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮੌਸਮ ਹੈ ਅਚਾਨਕ ਬਦਲਦਾ ਰਹਿੰਦਾ ਹੈ ਰੋਜ਼ ਦੀ ਰੋਜ਼ ਨਵੀਂ ਅਪਡੇਟ ਆਉਂਦੀ ਹੈ ਸੋ ਲਗਾਤਾਰ ਆਪਾਂ ਤੁਹਾਡੇ ਨਾਲ ਜਿਵੇਂ ਵੀ ਅਪਡੇਟ ਆਉਂਦੀ ਰਹੇਗੀ ਉਹ ਸਾਂਝੀ ਕਰਦੇ ਰਹਾਂਗੇ ਸੋ ਫਿਲਹਾਲ ਹੁਣ ਦੀ ਜੋ ਅਪਡੇਟ ਹੈ ਉਸ ਮੁਤਾਬਕ ਮੌਸਮੜਾ 30 ਅਪ੍ਰੈਲ ਤੱਕ ਸਾਫ਼ ਅਤੇ ਖੁਸ਼ਕ ਰਹੂਗਾ ਉੱਤਰ ਪੱਛਮੀ ਹਵਾਵਾਂ